ਬਿੱਟੂ ਜੀ, ਜਿਹੜਾ ਪੰਜਾਬ ਦਾ ਕਿਸਾਨ ਹੈ ਇਹ ਭਾਜਪਾ ਦੀ ਸੌੜੀ ਸਿਆਸਤ ਦਾ ਤੇ ਜ਼ੁਲਮਾਂ ਦਾ ਪਹਿਲਾ ਤੋਂ ਸ਼ਿਕਾਰ ਹੈਗਾ। ਹੁਣ ਤੁਸੀਂ ਇਸ ਚੀਜ਼ ਦੀ ਵੀ ਜਾਂਚ ਕਰੋਗੇ ਕਿ ਦੋ ਵਕਤ ਦੀ ਰੋਟੀ ਵਿਚਾਰਾ ਕਮਾਉਂਦਾ ਕਿੱਦਾਂ ਹੈਗਾ। ਭਾਜਪਾ ਦੀ ਜਿਹੜੀ ਸਿਆਸਤ ਹੈ ਹਮੇਸ਼ਾ ਪੰਜਾਬ ਨੂੰ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਵਾਲੀ ਹੈ। ਭਾਜਪਾ ਦੀ ਸਿਆਸਤ ਕਿਸਾਨਾਂ ਨੂੰ ਲੁਟੇਰਾ ਤੇ ਚੋਰ ਕਹਿਣ ਵਾਲੀ ਹੈ। ਭਾਜਪਾ ਦੀ ਸਿਆਸਤ ਉਹਨਾਂ ਦੀ ਮਿਹਨਤ ਦੇ ਉੱਤੇ ਡਾਕਾ ਮਾਰਨ ਵਾਲੀ ਹੈ। ਬਿਲਕੁਲ ਜਾਂਚ ਕਰੋ, ਜਾਂਚ ਹੋਣੀ ਵੀ ਚਾਹੀਦੀ ਹੈ। ਜਾਂਚ ਇਸ ਗੱਲ ਦੀ ਵੀ ਹੋਣੀ ਚਾਹੀਦੀ ਹੈ ਜੋ ਦੇਸ਼ ਦਾ ਪੈਸਾ ਲੁੱਟ ਕੇ ਫਰਾਰ ਹੋ ਗਏ ਉਹ ਕੌਣ ਸਨ ਤੇ ਉਹਨਾਂ ਦਾ ਸੰਬੰਧ ਕਿਹੜੀ ਪਾਰਟੀ ਨਾਲ ਹੈ। ਜਾਂਚ ਇਸ ਚੀਜ਼ ਦੀ ਵੀ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਦੋਨੇ ਹੱਥੀਂ ਮੁਲਕ ਨੂੰ ਲੁਟਾਇਆ ਜਾ ਰਿਹਾ ਹੈ ਉਹ ਕੌਣ ਨੇ ਤੇ ਉਹਨਾਂ ਦਾ ਸੰਬੰਧ ਕਿਹਦੇ ਨਾਲ ਹੈ। ਜਾਂਚ ਇਸ ਚੀਜ਼ ਦੀ ਵੀ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਖਿਲਾਫ਼ ਤੁਸੀਂ ਲਗਾਤਾਰ ਮੁਹਿੰਮ ਚਲਾਉਂਦੇ ਰਹੇ, ਉਹਨਾਂ ਨੂੰ ਭ੍ਰਿਸ਼ਟਾਚਾਰੀ ਕਹਿੰਦੇ ਰਹੇ, ਉਹ ਕਿਵੇਂ ਬੀਜੇਪੀ ਦੇ ਵਿੱਚ ਜਾ ਕੇ ਜਿਹੜਾ ਰਾਤੋ ਰਾਤੀ ਜਿਹੜੇ ਹੈਗਾ ਉਹ ਦੁੱਧ ਧੋਤੇ ਹੋ ਗਏ। ਬਿਲਕੁਲ ਜਾਂਚ ਕਰੋ ਤੁਸੀਂ ਕਿਸਾਨਾਂ ਦੀ, ਬਿਲਕੁਲ ਜਾਂਚ ਕਰੋ ਉਹਨਾਂ ਦੀ ਜਾਇਦਾਦ ਦੀ। ਪਰ ਜਦੋਂ ਤੁਸੀਂ ਉਹਨਾਂ ਦੀ ਜਾਇਦਾਦ ਦੀ ਜਾਂਚ ਕਰੋਗੇ ਤੁਹਾਨੂੰ ਉੱਥੇ ਇਮਾਨਦਾਰੀ ਤੇ ਮਿਹਨਤ ਤੋਂ ਇਲਾਵਾ ਕੁਝ ਨਹੀਂ ਲੱਭਣਾ। ਹਾਂ, ਜਦੋਂ ਜਾਂਚ ਦਾ ਦਾਇਰਾ ਤੁਹਾਡੇ ਵਾਲੇ ਪਾਸੇ ਹੋਇਆ ਤਾਂ ਉੱਥੇ ਮਕਾਰੀ, ਝੂਠ ਅਤੇ ਫਰੇਬ ਤੋਂ ਇਲਾਵਾ ਕੁਝ ਨਹੀਂ ਲੱਭਣਾ। ਬਿੱਟੂ ਜੀ, ਜਿਹੜਾ ਪੰਜਾਬ ਦਾ ਕਿਸਾਨ ਹੈ ਇਹ ਭਾਜਪਾ ਦੀ ਸੌੜੀ ਸਿਆਸਤ ਦਾ ਤੇ ਜ਼ੁਲਮਾਂ ਦਾ ਪਹਿਲਾ ਤੋਂ ਸ਼ਿਕਾਰ ਹੈਗਾ। ਹੁਣ ਤੁਸੀਂ ਇਸ ਚੀਜ਼ ਦੀ ਵੀ ਜਾਂਚ ਕਰੋਗੇ ਕਿ ਦੋ ਵਕਤ ਦੀ ਰੋਟੀ ਵਿਚਾਰਾ ਕਮਾਉਂਦਾ ਕਿੱਦਾਂ ਹੈਗਾ। ਭਾਜਪਾ ਦੀ ਜਿਹੜੀ ਸਿਆਸਤ ਹੈ ਹਮੇਸ਼ਾ ਪੰਜਾਬ ਨੂੰ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਵਾਲੀ ਹੈ। ਭਾਜਪਾ ਦੀ ਸਿਆਸਤ ਕਿਸਾਨਾਂ ਨੂੰ ਲੁਟੇਰਾ ਤੇ ਚੋਰ ਕਹਿਣ ਵਾਲੀ ਹੈ। ਭਾਜਪਾ ਦੀ ਸਿਆਸਤ ਉਹਨਾਂ ਦੀ ਮਿਹਨਤ ਦੇ ਉੱਤੇ ਡਾਕਾ ਮਾਰਨ ਵਾਲੀ ਹੈ। ਬਿਲਕੁਲ ਜਾਂਚ ਕਰੋ, ਜਾਂਚ ਹੋਣੀ ਵੀ ਚਾਹੀਦੀ ਹੈ। ਜਾਂਚ ਇਸ ਗੱਲ ਦੀ ਵੀ ਹੋਣੀ ਚਾਹੀਦੀ ਹੈ ਜੋ ਦੇਸ਼ ਦਾ ਪੈਸਾ ਲੁੱਟ ਕੇ ਫਰਾਰ ਹੋ ਗਏ ਉਹ ਕੌਣ ਸਨ ਤੇ ਉਹਨਾਂ ਦਾ ਸੰਬੰਧ ਕਿਹੜੀ ਪਾਰਟੀ ਨਾਲ ਹੈ। ਜਾਂਚ ਇਸ ਚੀਜ਼ ਦੀ ਵੀ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਦੋਨੇ ਹੱਥੀਂ ਮੁਲਕ ਨੂੰ ਲੁਟਾਇਆ ਜਾ ਰਿਹਾ ਹੈ ਉਹ ਕੌਣ ਨੇ ਤੇ ਉਹਨਾਂ ਦਾ ਸੰਬੰਧ ਕਿਹਦੇ ਨਾਲ ਹੈ। ਜਾਂਚ ਇਸ ਚੀਜ਼ ਦੀ ਵੀ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਖਿਲਾਫ਼ ਤੁਸੀਂ ਲਗਾਤਾਰ ਮੁਹਿੰਮ ਚਲਾਉਂਦੇ ਰਹੇ, ਉਹਨਾਂ ਨੂੰ ਭ੍ਰਿਸ਼ਟਾਚਾਰੀ ਕਹਿੰਦੇ ਰਹੇ, ਉਹ ਕਿਵੇਂ ਬੀਜੇਪੀ ਦੇ ਵਿੱਚ ਜਾ ਕੇ ਜਿਹੜਾ ਰਾਤੋ ਰਾਤੀ ਜਿਹੜੇ ਹੈਗਾ ਉਹ ਦੁੱਧ ਧੋਤੇ ਹੋ ਗਏ। ਬਿਲਕੁਲ ਜਾਂਚ ਕਰੋ ਤੁਸੀਂ ਕਿਸਾਨਾਂ ਦੀ, ਬਿਲਕੁਲ ਜਾਂਚ ਕਰੋ ਉਹਨਾਂ ਦੀ ਜਾਇਦਾਦ ਦੀ। ਪਰ ਜਦੋਂ ਤੁਸੀਂ ਉਹਨਾਂ ਦੀ ਜਾਇਦਾਦ ਦੀ ਜਾਂਚ ਕਰੋਗੇ ਤੁਹਾਨੂੰ ਉੱਥੇ ਇਮਾਨਦਾਰੀ ਤੇ ਮਿਹਨਤ ਤੋਂ ਇਲਾਵਾ ਕੁਝ ਨਹੀਂ ਲੱਭਣਾ। ਹਾਂ, ਜਦੋਂ ਜਾਂਚ ਦਾ ਦਾਇਰਾ ਤੁਹਾਡੇ ਵਾਲੇ ਪਾਸ ਹੋਇਆ ਤਾਂ ਉੱਥੇ ਮਕਾਰੀ, ਝੂਠ ਅਤੇ ਫਰੇਬ ਤੋਂ ਇਲਾਵਾ ਕੁਝ ਨਹੀਂ ਲੱਭਣਾ।